ਉਹ ਕੋਈ ਆਂਡੀ ਸ਼ਾਂਡੀ ਬਣਾਈ ਜੀ ਕੋਈ ਨਾ ਆਂਡੀ ਉਂਡੀ ਕੋਈ ਨਹੀਂ ਬਣਾਈ ਮੇਰੇ ਕੋਲ ਨਹੀਂ ਪਕਦਾ ਬਾਹਰ ਵੀ ਸਾਂਭਾ ਆਂਡੀ ਵੀ ਬਣਾਵਾ ਪਿਆਜ਼ ਕੱਟ ਪਕਾ ਆਂਡੀ ਮੈਨੂੰ ਭੁੱਖ ਲੱਗੀ ਹੋਈ ਇੰਨੀ ਕੋਈ ਸ਼ਾ ਪਕਾਈ ਨਹੀਂ ਪਕਾਈ ਨਹੀਂ ਬੱਚੇ ਨਾਲ ਲੈ ਗਿਆ ਕਾਰ ਮਸਾਲਾ ਦਿਹਾੜੀ ਬਣਾਇਆ ਤੇ ਲੱਖ ਸੁਰ ਜਾਏਗੀ ਸੱਟ ਲਾਂਗੀ ਮੈਂ ਸੱਟ ਲਾਂਗੀ ਤੂੰ ਮੈਂ ਸੱਟਾਂਗੀ ਮੇਰੇ ਹਿੱਸੇ ਦਾ ਮਿਸਤਰੀ ਤੇ ਸੱਟ ਲੈਂਦੇ ਮਿਸਤਰੀ ਸੱਟ ਲੈਂਦੇ ਮਿਸਤਰੀਆਂ ਤੇ ਦਿਹਾੜੀ ਦੇਣੀ ਉਹਨਾਂ ਤੇ ਕੰਮ ਲੈਣਾ ਕਿ ਉਹਨਾਂ ਤੇ ਨਹੀਂ ਆਪਣੇ ਤੂੰ ਬੈਠੀ ਰੋ ਜਨਾਨੀ ਸਮਝ ਕੇ ਕੋਈ ਤੇ ਦਇਆ ਕਰੇਗਾ ਹਾਂ ਦਇਆ ਕਰੇਗਾ ਸਾਰੀ ਤਿਆਰ ਤੂੰ ਵੇਲੀ ਤੂੰ ਕੰਮ ਨਹੀਂ ਕੀਤਾ ਵੀ ਬੰਦਾ ਕੋ ਕੰਮ ਨਹੀਂ ਕਰ ਲਵੇ ਬਈ ਚੁੱਪ ਕਰਕੇ ਬਦੀ ਗੱਲਾਂ ਨਾ ਕਰ ਤੇ ਹੁਣ ਹਾਂਡੀ ਬਣਾ ਜਲਦੀ ਕਰ ਮੈਨੂੰ ਬੜੀ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਤੇ ਪਕਾ ਲੈਣੇ ਆ ਜਾ ਉਸ ਟਾਈਮ ਤੇਰੇ ਕੋਲ ਉਸ ਟਾਈਮ ਨਹੀਂ ਪੱਕੀ ਹਾਂਡੀ ਤੈਨੂੰ ਕਾਹਦੇ ਲਈ ਮੈਂ ਰੱਖਿਆ ਹੂੰ ਤੈਨੂੰ ਕਾਹਦੇ ਵਾਸਤੇ ਰੱਖਿਆ ਸਵੇਰੇ ਤੂੰ ਜਾਏ ਨਾ ਕੰਮ ਤੇ ਮੈਂ ਘਰ ਵਾਸ ਕਰਾਂ ਹਾਂ ਤੇ ਮੈਂ ਵੀ ਇਹੀ ਚਾਹਨੀ ਆ ਕਿ ਮੈਂ ਬਾਹਰ ਫਿਰਾਂ ਤੂੰ ਨਹੀਂ ਬਾਹਰ ਫਿਰਨ ਵੇਂਦਾ ਮੈਂ ਹਾਂ ਅਗਾ ਥੋਮ ਤੇ ਜਲਦੀ ਕਰਕੇ ਮਿੰਟ ਲਾ ਤੈਨੂੰ ਤੇ ਹੀ ਲੱਗਦਾ ਕਿ ਮੈਂ ਬਾਹਰ ਫਿਰਨ ਵੇਂਦਾ ਤੇ ਜਨਾਨੀਆਂ ਵੇਖਣ ਜਾਂਦਾ ਹੋਰ ਕੀ ਕਰਨ ਜਾਂਦਾ ਤੂੰ ਉਹ ਟਮਾਟਰ ਲੈ ਉਹਦੇ ਕੋਲ ਸਾਰਾ ਟਮਾਟਰ ਖਰਾਬ ਪਿਕਰ ਦੇ ਵਿੱਚ ਕੀ ਪਾਉਣਾ ਹੈ ਦੇ ਦੇ ਨਹੀਂ ਮੈਂ ਟਮਾਟਰ ਆ ਕਿੰਨੇ ਪਿਆਜ਼ ਕੱਟਨੇ ਨੂੰ ਦੋ ਪਿਆਜ਼ ਕੱਟ ਦੇ ਦੋ ਬੜੇ ਨੂੰ ਮੇਰੇ ਨਾਲ ਜ਼ਿਆਦਾ ਆਪ ਕਰਨਾ ਮੇਰੀ ਮਾਂ ਨੇ ਕਿਹਾ ਸੀ ਤੇਰੇ ਨਾਲ ਕਾਲਾ ਇਸ ਵਜ੍ਹਾ ਤੇ ਲੈ ਕੇ ਦੇਣ ਲੱਗੀ ਘਰ ਦਾ ਸਾਰਾ ਕੰਮ ਕਰੇਗਾ ਤੇਰੇ ਲੱਤਾਂ ਵੀ ਕੁੱਟੇਗਾ ਸ਼ਾਮ ਨੂੰ ਤੇਰੀਆਂ ਲੱਤਾਂ ਵੱਢ ਕੇ ਤੇ ਭਰਾ ਸੱਟ ਛੱਡਦੀਆਂ ਹੱਥ ਲਾ ਕੇ ਮਾਰ ਤੇ ਰਾਹ ਤੇ ਸਹੀ ਫਿਰ ਹੱਥ ਲਾ ਮੈਂ ਤਾਂ ਪੁੱਠੇ ਆਪਦੀ ਮਰਨੀ ਚਪੇੜ ਉਹਨੂੰ ਫੜ ਕੇ ਲਿਆ ਗਾ ਚਪੇੜ ਮਾਰੀ ਮੈਂ ਹੁਣ ਕਰਨੀ ਆਪਣੇ ਪੇਕਿਆਂ ਨੂੰ ਫੋਨ ਤੂੰ ਕਰ ਲਗਾ ਮੈਂ ਮਾਰ ਚਪੇੜਾ ਮਾਰੀ ਹੁਣ ਗੱਲ ਚਪੇੜ ਤੇ ਆ ਗਈ ਹੈ ਤੂੰ ਕਰਗਾ ਫੋਨ ਮੇਟ ਮਾਰ ਕਰਨਾ ਤੂੰ ਕਰ ਫੋਨ ਤੇਰੀਆਂ ਤੇ ਅੱਜ ਮੈਂ ਨਾ ਅੱਜ ਮੈਂ ਕਰਨੀ ਉਹਨਾਂ ਨੂੰ ਫੋਨ ਅੱਜ ਫੈਸਲਾ ਹੋ ਕੇ ਰਵੇ ਦਾ ਤੂੰ ਕਰ ਫੋਨ ਮੇਟ ਮਾਰ ਕੇ ਕਰ ਫੋਨ ਆ ਮੇਟ ਮਾਰ ਉੱਠ ਤਾਂ ਹੁਣ ਫੋਨ ਕਰਨਾ ਜਲਦੀ ਕਰ ਉੱਠ ਤਾਂ ਮੇਰਾ ਫੋਨ 'ਚ ਬੈਲੈਂਸ ਨਹੀਂ ਆਪਣਾ ਫੋਨ ਦੇ ਮੈਂ ਉਹਨਾਂ ਨੂੰ ਫੋਨ ਕਰਨਾ ਮੈਂ ਆਪਣਾ ਫੋਨ ਉਹਨਾਂ ਨੇ ਬੰਦ ਛੱਡਿਆ ਆ ਦਰਨ ਪਰਾਂ ਤੇ ਫੋਨ ਥੋੜਾ ਛੇਲ ਤੇ ਗਾਂਢੀ ਉੱਤੇ ਦਰ ਮਿੰਟ ਮਾਰ ਪਕਾ ਲੈ ਮੈਨੂੰ ਨਾ ਸੁਣਾਇਆ ਕਰ ਉਹ ਗਿਓ ਲਿਆ ਉੱਠ ਕੇ ਨਾ ਤੇਰੇ ਕੋ ਡਰਾਮੇ ਨਹੀਂ ਮੁੱਕਦੇ ਗਿਓ ਲਿਆ ਗਾ ਉੱਠ ਕੇ ਇੰਨੀ ਗਰਮੀ ਆਪਣੇ ਮਾਂ ਪਿਓ ਦੇ ਘਰ ਕਿੱਥੇ ਮੈਂ ਸਕੂਨ ਕਰ ਲਈ ਤੇਰੇ ਕੋਲ ਆ ਗਈ ਗਰਮੀ ਨਾ ਉੱਥੇ ਤੂੰ ਏਸੀਆਂ ਥੱਲੇ ਬੈਠੀ ਰਾਂਗੀਆਂ ਸਾਰੀ ਦਿਹਾੜੀ ਟੁੱਟਾ ਜਿਹਾ ਪੱਖਾ ਜਿਹੜਾ ਵਾਵੇ ਨਹੀਂ ਦਿੰਦਾ ਉੱਥੇ ਤਾਂ ਤੂੰ ਏਸੀ ਬਣਾਇਓ ਲਾਇਓ ਆਈ ਨਾ ਇੱਥੇ ਤਾਂ ਇੰਨੇ ਮੁਸ਼ਕਲ ਹੋ ਗਈ ਜਾ ਕੇ ਵੇਖ ਤੇ ਸਹੀ ਮੇਰੇ ਪੇਕਿਆਂ ਦੇ ਘਰ ਕਿਹੜੀ ਸ਼ੈ ਨਹੀਂ ਹੈਗੀ ਹਾਂ ਚੱਪਾ ਚੱਪਾ ਮੱਛਰ ਉੱਥੇ ਵੱਡਾ ਰਹਿੰਦਾ ਸਾਰੀ ਦਿਨ ਮੱਝਾਂ ਉਹਨਾਂ ਦੇ ਘਰ ਨੇ ਮੋਟਰ ਉਹਨਾਂ ਘਰ ਲੱਗੀਆਂ ਆ ਕੂਲਰ ਉਹਨਾਂ ਦੇ ਘਰ ਨੇ ਤੇਰੇ ਘਰ ਕੀ ਹੈ ਇੱਕ ਆ ਭੁੱਖ ਚਲੋ ਤੂੰ ਲਾਗ ਜਾਣ ਉਹਦੇ ਜਾ ਕੇ ਰਾਜ ਕੇ ਖਾਂਦੀ ਰੋਗਾ ਉਹ ਲੱਗ ਕੇ ਬੜੀ ਗੱਲਾਂ ਨਾ ਸੁਣਾ ਗੱਲਾਂ ਨਾ ਸੁਣਾ ਅੱਲਾ ਹੋ ਆਪਣੇ ਬੱਚੇ ਆਪ ਹੀ ਪਾਣੀ ਨਾ ਡੋਲ ਜਾਣਾ ਆਪਣੇ ਪੇਕਿਆਂ ਤੇ ਸ਼ਾਮ ਨੂੰ ਲਾਗ ਜਾ ਕੋ ਟਮਾਟਰ ਲੈ ਸਾਰਾ ਟਮਾਟਰ ਖਰਾਬ ਵੀ ਕਰਦੀ ਤੇ ਕੋ ਟਮਾਟਰ ਲੈ ਗਾ ਮਿੰਟ ਮਾਰੋ ਪਕਾਉਣਾ ਕੀ ਸੌਦਾ ਹੈ ਪਿਆਜ਼ ਸਿਰਫ ਤੜਕਣ ਨੂੰ ਹੋਰ ਕੀ ਹੈ ਸਿਰਫ ਪਿਆਜ਼ ਤੇ ਟਮਾਟਰ ਦਾ ਮਸਾਲਾ ਹੀ ਬਣਾਉਣਾ ਹੈ ਹੋਰ ਮੈਂ ਇੱਥੇ ਕੀ ਬਣਾਵਾਂ ਮੇਰੇ ਕੋ ਪੈਸੇ ਦੇ ਕੇ ਜਾਣਾ ਮੈਂ ਜਿੰਨੇ ਕੋ ਪੈਸੇ ਦੇਣੇ ਨਹੀਂ ਉਹਨਾਂ ਕੋ ਕੁਝ ਖਾਣਾ ਹੀ ਯਦੀ 1000 ਰੁਪਇਆ ਦਿਹਾੜੀ ਲੈ ਆਂਦਾ
ਨਾ ਉਹਦੇ ਚ ਖਾਣ ਤੇ ਨਾ ਕੋਈ ਪੀਣ, ਕਦੇ ਮੈਨੂੰ ਜੁੱਤੀ ਨੀ ਲੈ ਕੇ ਦਿੱਤੀ, ਕਦੇ ਕਦੇ ਮੈਨੂੰ ਕਰੀਮ ਨੀ ਲੈ ਕੇ ਦਿੱਤੀ। ਤੂੰ ਯੋ ਯੋ ਥੋੜੀ ਘੱਟ ਕਰ, ਤੇਰੀ ਜ਼ਬਾਨ ਬੜੀ ਆ ਕਿਧਰੇ ਹੋਏ ਨਾ ਕਰ, ਮੈਂ ਆਪਣੇ ਪੇਕਿਆਂ ਲਈ ਪਕਾਣਾ, ਉਹਨਾਂ ਨੇ ਆਉਣਾ ਹੋਏ, ਛੱਡ ਤੂੰ ਮਸਾਲੇ ਨਾਲ ਹੀ ਖਾਏਗਾ। ਚਮਚਾ ਫੜਾ ਪੇਕਿਆਂ ਖਾਣਾ ਵਿੱਚ ਇੱਕ ਬੋਟੀ ਉਹ ਵੀ ਖਾ ਲੈ ਸੰਗਤ ਜੀ ਨੇ ਕਹਿਣ ਦੇ ਆਉਂਦੀ ਤੈਨੂੰ। ਚਮਚਾ ਫੜਾ ਨਾ ਉਹਨਾਂ ਪਰੋਂ, ਚਮਚਾ ਫੜਾ ਛੁਰੀ ਨੀ ਕਿੰਨੀ ਹੈ, ਤੂੰ ਹੁਣ ਤੇਰੀ ਅੱਖ ਇੰਨੀ ਹੋਈ ਹੈ, ਤੈਨੂੰ ਲਿੱਤਰਾਂ ਦੀ ਕਮੀ ਹੈ, ਤੂੰ ਲਿੱਤਰ ਖਾਣਾ ਚਾਹੁੰਦੀ। ਸਿਆਪਾ ਪਾ ਜਾਂਦਾ ਮੇਰੀ ਜਾਨ ਨੂੰ।